హల్లెలూయా, థ్యాంక్ యూ జీసస్, ధన్యవాదు యేషు, ధన్యవాదు, ధన్యవాదు, ధన్యవాదు. తారీఫు, 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 సబ్ శక్తిమాన్ పరమేశ్వర్ తేరా ధన్యవాదు, ధన్యవాదు, ధన్యవాదు. ఐ ఆత్మహాన్ సబ్ శక్తిమాన్ జిందా ప్యారే పితా ప్రభు యేషు మసీహ్, ఖుదావంద్ తేరా ధన్యవాద్ కర్దే ఆ తేరీ జిందా ప్రెజెన్స్ దే విచ్ ఆన్నే ఆ లార్డ్. ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਹੋਏ ਇਸ ਪਲ ਦੀ ਖੁਸ਼ੀ ਨੂੰ ਡਰਦੇ ਹੋਏ ਕੰਮ ਦੇ ਮਨਾਉਂਦੇ ਹਾਂ ਪਰਮੇਸ਼ੁਰ. ਤੇਰੇ ਹਜ਼ੂਰ ਆਪਣੇ ਆਪ ਨੂੰ ਸਮਰਪਿਤ ਕਰਦੇ ਪਿਤਾ, ਤੇਰੇ ਹੱਥਾਂ 'ਚ ਆਪਣੇ ਆਪ ਨੂੰ ਸੌਂਪਦੇ ਹਾਂ ਪਰਮੇਸ਼ੁਰ. ਤੇਰੀ ਜ਼ਿੰਦਾ ਪ੍ਰੈਜੈਂਸ ਨੂੰ ਮੰਗਦੇ ਹਾਂ, ਤੇਰੇ ਆਤਮਾ ਦੀ ਭਰਪੂਰੀ ਨੂੰ ਮੰਗਦੇ ਹਾਂ ਸਭ ਸ਼ਕਤੀਮਾਨ ਪਰਮੇਸ਼ੁਰ. ਉਹ ਆਤਮਾ ਜਿਸ ਨੇ ਖੁਦਾਵੰਦ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ, ਲੋੜ ਅੱਜ ਉਹੀ ਆਤਮਾ ਸਾਡੇ ਵਿੱਚ ਕਾਰਿਆ ਕਰੇ ਪਿਤਾ. ਜਿੰਨੇ ਜਨ ਅੱਜ ਦੀ ਇਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਪਿਤਾ, ਤੇਰਾ ਆਤਮਾ ਇੱਕ ਇੱਕ ਜਨ ਨੂੰ ਟੱਚ ਕਰੇ, ਇੱਕ ਇੱਕ ਜਨ 'ਤੇ ਉਤਰੇ ਪਰਮੇਸ਼ੁਰ, ਇੱਕ ਇੱਕ ਜਨ 'ਤੇ ਤੇਰਾ ਆਤਮਾ ਕਾਰਿਆ ਕਰੇ ਪਰਮੇਸ਼ੁਰ, ਇੱਕ ਇੱਕ ਜਨ ਨੂੰ ਤੇਰਾ ਰੂਹ ਛੂਏ ਪਰਮੇਸ਼ੁਰ, ਇੱਕ ਇੱਕ ਜਨ 'ਤੇ ਤੇਰੀ ਸਾਮਰਥ ਉਤਰੇ ਪਰਮੇਸ਼ੁਰ, ਤੇਰਾ ਮਸਾ ਉਤਰੇ ਖੁਦਾਵਨ ਖੁਦਾ. ਔਰ ਅੱਜ ਉਸੇ ਮਸਾ ਦੇ ਦੁਆਰਾ ਪਰਮੇਸ਼ੁਰ ਤੇਰਾ ਆਤਮਾ ਖੁਦਾਵਨ ਤੇਰੇ ਲੋਕਾਂ ਨੂੰ ਆਜ਼ਾਦ ਕਰੇ, ਤੇਰਾ ਆਤਮਾ ਤੇਰੇ ਲੋਕਾਂ ਨੂੰ ਛੁਡਾਵੇ, ਬਲੈਸ ਕਰੇ, ਬਰਕਤ ਦੇਵੇ, ਚੰਗਾ ਕਰੇ ਪਰਮੇਸ਼ੁਰ, ਦਲੇਰ ਬਣਾਵੇ ਪਰਮੇਸ਼ੁਰ. ਖੁਦਾਵੰਦ ਆਈ ਤੇਰਾ ਰਾਤ ਆਤਮਾ ਪਰਮੇਸ਼ੁਰ ਇਹਨਾਂ ਨੂੰ ਸੇਵ ਨਾ ਛੱਡੇ ਪਰਮੇਸ਼ੁਰ. ਸੋ ਜਿੰਨੇ ਜਨ ਆਏ ਆ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਵਿੱਚ ਪਿਤਾ, ਕਿ ਖੁਦਾਵੰਦ ਖੁਦਾ ਤੇਰਾ ਸਵਰਗ ਇੱਕ ਇੱਕ ਜਨ ਦੇ ਲਈ ਖੁੱਲ੍ਹੇ ਪਿਤਾ, ਤੇਰੀ ਸਾਮਰਥ ਇੱਕ ਇੱਕ ਜਨ ਨੂੰ ਟੱਚ ਕਰੇ ਪਿਤਾ, ਤੇਰੀ ਆਤਮਾ ਦੀ ਸਾਮਰਥ ਪਰਮੇਸ਼ੁਰ ਦਲੇਰ ਬਣਾਵੇ ਤੇਰੇ ਲੋਕਾਂ ਨੂੰ ਪਿਤਾ. ਇਹ ਅੰਤ ਦੇ ਦਿਨਾਂ 'ਚ ਪਰਮੇਸ਼ੁਰ ਤੇਰੇ ਲੋਕ ਤੇਰੇ ਕੰਮਾਂ ਨੂੰ ਕਰ ਪਾਉਣ ਪਿਤਾ, ਤੇਰੀ ਈਸ਼ਵਰੀ ਬੁੱਧੀ ਇਹਨਾਂ 'ਚ ਐਂਟਰ ਕਰੇ ਪਰਮੇਸ਼ੁਰ, ਤੇਰਾ ਗ੍ਰੇਸ ਇਹਨਾਂ ਦੇ ਜੀਵਨ 'ਚ ਕਾਰਿਆ ਕਰੇ. ਸੋ ਜਿੰਨੇ ਜਨ ਅੱਜ ਦੀ ਇਸ ਪ੍ਰਾਰਥਨਾ ਨਾਲ ਜੁੜ ਚੁੱਕੇ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ੁਰ ਦੀ ਪ੍ਰੈਜੈਂਸ ਦੇ ਲਈ ਧੰਨਵਾਦ ਕਰਦਿਆਂ ਹੋਇਆ ਕਹੋ ਕਿ ਪਰਮੇਸ਼ੁਰ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਦਿੰਦਾ, ਉਹਦੇ ਉਧਾਰ ਨੂੰ ਮੰਗੋ, ਉਹਦੀ ਦਇਆ ਨੂੰ ਮੰਗੋ. ਧੰਨਵਾਦ ਕਰਦੇ ਹਾਂ ਜੈ ਜੈਕਾਰਿਆ ਦੇ ਨਾਲ ਕਿ ਪਰਮੇਸ਼ੁਰ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ, ਇੱਕ ਵਾਰ ਫਿਰ ਤੋਂ ਪਿਤਾ ਅੱਜ ਦਾ ਦਿਨ ਦਿਖਾਇਆ, ਜ਼ਿੰਦਿਆਂ ਦੀ ਜ਼ਮੀਨ 'ਤੇ ਰੱਖਿਆ, ਤੂੰ ਆਪਣੀ ਪ੍ਰੈਜੈਂਸ ਦੇ ਵਿੱਚ ਲੈ ਕੇ ਆਉਂਦਾ ਪਿਤਾ. ਮੈਂ ਆਪਣੀ ਜ਼ੁਬਾਨ ਤੋਂ ਤੇਰੇ ਨਾਮ ਨੂੰ ਮੁਬਾਰਕ ਅਤੇ ਤੈਨੂੰ ਤਾਨ ਆਖਦਾ ਪਰਮੇਸ਼ੁਰ. ਖੁਦਾਵੰਦ ਮੈਂ ਆਪਣੇ ਪਵਿੱਤਰ ਹੱਥਾਂ ਨੂੰ ਉਠਾ ਕੇ ਤੇਰੇ ਅੱਗੇ ਝੁਕਦਾ ਪਰਮੇਸ਼ੁਰ. ਖੁਦਾਵੰਦਾ ਤੇਰੀ ਦਇਆ ਤੇਰੀ ਕਰੁਣਾ ਮੇਰੇ ਜੀਵਨ ਦੇ ਉੱਤੇ ਕਾਰਿਆ ਕਰੇ, ਤੇਰੀ ਸਾਮਰਥ ਮੇਰੇ ਜੀਵਨ ਦੇ ਉੱਤੇ ਕਾਰਿਆ ਕਰੇ. ਲੋੜ ਤੇਰਾ ਮਸਾ ਅੱਜ ਮੈਨੂੰ ਛੂਏ ਪਰਮੇਸ਼ੁਰ. ਕਹੋ ਕਿ ਖੁਦਾਵੰਦ ਤੇਰਾ ਰੂਹ ਮੇਰੇ 'ਤੇ ਉਤਰੇ, ਜਿਸ ਤਰ੍ਹਾਂ ਤੂੰ ਆਪਣੇ ਵਾਈ ਵਚਨ ਦੇ ਵਿੱਚ ਲਿਖਿਆ ਖੁਦਾਵੰਦ, ਕਿ ਮੈਂ ਅੰਤ ਦੇ ਦਿਨਾਂ 'ਚ ਆਪਣੇ ਆਤਮਾ ਨੂੰ ਪਾਣੀ ਦੀ ਤਰ੍ਹਾਂ ਆਪਣੇ ਲੋਕਾਂ ਦੇ ਉੱਤੇ ਵਹਾ ਦੇਵਾਂਗਾ ਪਿਤਾ. ਅੱਜ ਤੇਰਾ ਉਹੀ ਰੂਹ ਸਾਡੇ ਜੀਵਨ 'ਚ ਕਾਰਿਆ ਕਰੇ, ਛੂਏ, ਸਾਨੂੰ ਬਲੈਸ ਕਰੇ ਪਿਤਾ. ਤੇਰਾ ਅਨੁਗ੍ਰਹਿ ਆਵੇ ਪਰਮੇਸ਼ੁਰ, ਤੇਰੀ ਦਇਆ ਮੈਨੂੰ ਘੇਰੇ ਪਿਤਾ. ਤੇਰੇ ਉਧਾਰ ਨੂੰ ਮੈਂ ਆਪਣੇ ਜੀਵਨ ਦੇ ਉੱਤੇ ਦੇਖਾਂ, ਆਪਣੇ ਘਰਾਣੇ ਦੇ ਉੱਤੇ ਪਰਮੇਸ਼ੁਰ ਦੇਖਾਂ, ਮੈਂ ਤੇਰੀ ਦਇਆ ਨੂੰ ਦੇਖਾਂ ਖੁਦਾਵਨ, ਕਿਉਂਕਿ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਕਿ ਤੇਰਾ ਕ੍ਰੋਧ ਪਲ ਭਰਦਾ ਪਰ ਤੇਰੀ ਦਇਆ ਜੀਵਨ ਭਰਦੀ ਆ ਪਰਮੇਸ਼ੁਰ. ਅੱਜ ਤੇਰੀ ਉਹੀ ਦਇਆ ਮੇਰੇ ਔਰ ਮੇਰੇ ਘਰਾਣੇ ਦੇ ਉੱਤੇ ਆਵੇ, ਤੇਰਾ ਉਧਾਰ ਮੇਰੇ ਉੱਤੇ ਆਵੇ ਪਰਮੇਸ਼ੁਰ, ਤੇਰੀ ਕਿਰਪਾ ਮੇਰੇ ਉੱਤੇ ਆਵੇ ਖੁਦਾਵੰਦ ਖੁਦਾ. ਔਰ ਅੱਜ ਮੈਂ ਜਿੱਦਾਂ ਆਇਆ ਤਾਂ ਵਾਪਸ ਨਾ ਜਾਵਾਂ ਪਰਮੇਸ਼ੁਰ, ਕਿਉਂਕਿ ਨਾ ਤਾਂ ਬਲਾਂ ਨਾ ਤਾਂ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ ਮੈਂ ਲਿਆਇਆ ਗਿਆ ਪਰਮੇਸ਼ੁਰ. ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਹੋ ਕਿ ਮੈਂ ਪਰਮੇਸ਼ੁਰ ਆਨੰਦਿਤ ਹੋ ਕੇ ਪਰਮੇਸ਼ੁਰ ਮੈਂ ਤੇਰੇ ਘਰ ਦੇ ਵਿੱਚ ਬੈਠਾਂ. ਲੋੜ ਧੰਨਵਾਦ ਦੇ ਨਾਲ, ਸ਼ੁਕਰ ਗੁਜ਼ਾਰੀ ਦੇ ਨਾਲ ਤਾਰੀਫ਼ ਕਰਦਿਆਂ ਹਾਂ ਸਰਬ ਸ਼ਕਤੀਮਾਨ ਪਰਮੇਸ਼ੁਰ. ਰੇ ਬੋਰੋ ਸ਼ੇਖੇ ਥੇ ਨੇਲੇ ਰੇ ਬੇਰੇ, ਰੇ ਬੋਰੋ ਸ਼ੇਖੇ ਥੇ ਨੇਲੇ ਰੇ ਬੋਰੋ,
ਆਪਣੀਆਂ ਜ਼ੁਬਾਨਾਂ ਨੂੰ ਖੋਲ੍ਹ ਕੇ ਕਹੋ ਕਿ ਪਰਮੇਸ਼ਰ ਅੱਜ ਮੇਰੇ ਹੋਠਾਂ ਨੂੰ ਛੂਹ, ਮੈਨੂੰ ਮੱਸਾ ਕਰ, ਮੈਨੂੰ ਗੈਰ ਜ਼ੁਬਾਨ ਦੇ ਨਾਲ ਪਾਰ ਪਰਮੇਸ਼ਰ, ਮੇਰੇ ਸ਼ਬਦਾਂ ਨੂੰ ਅਨੋਇੰਟ ਕਰ, ਮੇਰੇ ਹੋਠਾਂ ਨੂੰ ਅਨੋਇੰਟ ਕਰ ਪਰਮੇਸ਼ਰ, ਮੱਸਾ ਕਰ ਖੁਦਾਵੰਦ ਖੁਦਾ, ਅੱਜ ਮੇਰੀ ਜ਼ਿੰਦਗੀ, ਮੇਰੇ ਹਾਲਾਤ ਪਰਮੇਸ਼ਰ, ਮੇਰਾ ਜੀਵਨ ਪਰਮੇਸ਼ਰ, ਮੇਰਾ ਘਰਾਨਾ ਪਰਮੇਸ਼ਰ, ਮੇਰੀ ਜੈਨਰੇਸ਼ਨ, ਮੇਰਾ ਫਿਊਚਰ ਸੇਵ ਨਾ ਰਹੇ ਲੋਰਡ, ਮੇਰੀ ਲਾਈਫ ਦੇ ਹਰ ਇੱਕ ਹਿੱਸੇ ਦੇ ਉੱਤੇ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ, ਕਿ ਮੈਂ ਅੱਗੇ ਵੱਧ ਪਾਵਾਂ ਪਰਮੇਸ਼ਰ, ਮੈਂ ਆਪਣੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਆਪਣੇ ਤੇਰੀ ਦਇਆ ਨੂੰ ਦੇਖਾਂ, ਤੇਰੇ ਉਧਾਰ ਨੂੰ ਦੇਖਾਂ ਪਰਮੇਸ਼ਰ, ਅੱਜ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ, ਮੈਂ ਆਪਣੇ ਬੱਚਿਆਂ 'ਚ ਪਰਮੇਸ਼ਰ ਤੇਰੀ ਦਇਆ ਨੂੰ, ਤੇਰੇ ਉਧਾਰ ਨੂੰ ਦੇਖਾਂ ਪਰਮੇਸ਼ਰ, ਤੇਰੀ ਕਿਰਪਾ ਨੂੰ ਦੇਖਾਂ ਖੁਦਾਵੰਦ, ਮੈਂ ਆਪਣੇ ਘਰਾਨੇ 'ਤੇ ਤੇਰੀ ਦਇਆ ਨੂੰ ਦੇਖਾਂ। ਪ੍ਰਾਰਥਨਾ ਕਰੋ ਗੈਰ ਜ਼ੁਬਾਨ ਦੇ ਵਿੱਚ ਆਪਣੇ ਲੋਕਾਂ ਨੂੰ ਟੱਚ ਕਰੋ, ਆਤਮਾ ਦੇ ਵਿੱਚ ਆਪਣੇ ਘਰਾਨਿਆਂ ਨੂੰ ਟੱਚ ਕਰੋ, ਆਪਣੇ ਪਰਿਵਾਰਾਂ ਨੂੰ ਟੱਚ ਕਰੋ ਪਰਮੇਸ਼ਰ, ਦਾ ਰੂਹ ਤੁਹਾਨੂੰ ਅੱਜ ਸੇਵ ਨਹੀਂ ਵਾਪਸ ਲੈ ਕੇ ਜਾਏਗਾ, ਇਹ ਮੇਰਾ ਫੇਥ ਆ, ਪਰਮੇਸ਼ਰ ਦੀ ਦਇਆ ਤੁਹਾਡੇ 'ਤੇ ਆ ਰਹੀ ਆ, ਤੁਸੀਂ ਉਹਦੇ ਉਧਾਰ ਨੂੰ ਦੇਖੋਗੇ। ਕਹੋ ਕਿ ਪਰਮੇਸ਼ਰ ਅੱਜ ਮੈਨੂੰ ਛੂਹ ਖੁਦਾਵਨ, ਅੱਜ ਮੈਨੂੰ ਟੱਚ ਕਰ, ਮੇਰੇ 'ਤੇ ਦਇਆ ਕਰ, ਮੇਰੇ 'ਤੇ ਫਜ਼ਲ ਕਰ, ਤੇਰੀ ਜੀਵਿਤ ਸਾਮਰਥ ਅੱਜ ਮੈਨੂੰ ਟੱਚ ਕਰੇ, ਮੈਨੂੰ ਹਿੱਟ ਕਰੇ ਪਰਮੇਸ਼ਰ, ਮੇਰੇ 'ਤੇ ਤੇਰੀ ਦਇਆ ਆਵੇ ਖੁਦਾਵਨ ਖੁਦਾ, ਤੇਰੀ ਸਾਮਰਥ ਮੈਨੂੰ ਟੱਚ ਕਰੇ, ਤੇਰੇ ਅਭਿਸ਼ੇਕ ਦੇ ਕਾਰਨ ਅੱਜ ਮੇਰੀ ਲਾਈਫ ਦੇ ਉੱਤੇ ਸਾਰੇ ਜੂਲੇ ਬੰਧਨ ਸ਼ਾਪਕਰ ਤੋੜ ਦੇ ਪਿਤਾ, ਮੈਂ ਖੁਦਾਵਨ ਉਜਾਲਾ ਬਣ ਕੇ ਪਰਮੇਸ਼ਰ ਬਹੁਤਿਆਂ ਦੇ ਵਿੱਚ ਪਿਤਾ ਚਮਕਾਂ, ਤੇਰੀ ਦਇਆ ਦੇ ਦੁਆਰਾ ਪਰਮੇਸ਼ਰ ਮੈਨੂੰ ਚਮਕਾ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਿਆ ਦੇ ਨਾਲ ਦਿਨੋ ਦਿਨ ਵੱਧਦਾ ਜਾਂਦਾ ਪਰਮੇਸ਼ਰ, ਕਿਉਂਕਿ ਮੇਰੀ ਚੱਟਾਨ ਖੁਦਾਵਨ ਖੁਦਾ ਤੂੰ ਆ, ਖੁਦਾਵਨ ਮੇਰੀ ਚੱਟਾਨ ਮੇਰਾ ਯਿਸੂ ਮਸੀਹ ਆ ਸਾਮਰਥੀ ਪਰਮੇਸ਼ਰ, ਮੈਂ ਨਾ ਡੋਲਾਂਗਾ, ਮੈਂ ਨਾ ਘਬਰਾਵਾਂਗਾ, ਮੈਂ ਨਾ ਡਰਾਂਗਾ ਪਰਮੇਸ਼ਰ, ਕਿਉਂਕਿ ਤੂੰ ਯੁੱਗ ਦੇ ਅੰਤ ਇੱਕ ਮੇਰੇ ਨਾਲ ਰਹਿਣ ਵਾਲਾ ਪਰਮੇਸ਼ਰ ਆ। ਸੋ ਅੱਜ ਜਿੰਨੇ ਜਣ ਟੁੱਟੇ ਦਿਲ ਆਏ ਆ ਪਰਮੇਸ਼ਰ, ਟੁੱਟੇ ਦਿਲ ਵਾਲਿਆਂ ਦੀ ਸੁਣ ਕੇ ਪ੍ਰਾਰਥਨਾ ਦਾ ਉੱਤਰ ਦੇਵੇਗਾ, ਜਿੰਨੇ ਡਿੱਗੇ ਹੋਏ ਥੱਕੇ ਹੋਏ ਅੱਕੇ ਉਦਾਸਾਂ ਨਿਰਾਸ਼ਾ ਵਿੱਚ ਬੈਠੇ ਆ, ਪਰਮੇਸ਼ਰ ਅੱਜ ਤੁਹਾਨੂੰ ਖੜਿਆ ਕਰੇਗਾ, ਤੁਹਾਡੀਆਂ ਜੀਵਨਾਂ 'ਤੇ ਆਨੰਦ ਔਰ ਸ਼ਾਂਤੀ ਦੇ ਨਾਲ ਤੁਹਾਨੂੰ ਭਰਪੂਰ ਕਰੇਗਾ ਪਰਮੇਸ਼ਰ। ਜਿੰਨੇ ਅੱਜ ਗੁਨਾਹ ਪਾਪ ਵਿੱਚ ਫਸੇ ਆ, ਪਰਮੇਸ਼ਰ ਦਾ ਆਤਮਾ ਇੱਕ ਇੱਕ ਜਨ 'ਤੇ ਦਇਆ ਕਰੇਗਾ, ਮੇਰਾ ਫੇਤ ਆ। ਰੇਬੋਰੋ ਯੋਖੋ ਤੋਨੋ ਲੋਰੋ ਬੋਰੋ ਸ਼ੇਖੇ ਤਿੰਨੇ ਲੇ ਰੇਬੇਰੇ, ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡੀਆਂ ਜ਼ਿੰਦਗੀਆਂ, ਤੁਹਾਡੇ ਹਾਲਾਤ ਸੇਵ ਨਹੀਂ ਆ। ਰੈਡੀ ਕਰੋ ਆਪਣੇ ਆਪ ਨੂੰ ਅੱਜ ਦੇ ਪਰਮੇਸ਼ੁਰ ਦੇ ਜੀਵਿਤ ਵਚਨ ਦੇ ਲਈ, ਉਹਦੀ ਪ੍ਰੈਜੈਂਸ ਦੇ ਨਾਲ ਭਰਨਾ ਸ਼ੁਰੂ ਕਰੋ, ਪਰਮੇਸ਼ੁਰ ਦੇ ਗ੍ਰੇਸ ਨੂੰ ਮੰਗਣਾ ਸ਼ੁਰੂ ਕਰੋ, ਪਰਮੇਸ਼ੁਰ ਦੀ ਸਾਮਰਥ ਨੂੰ ਮੰਗਣਾ ਸ਼ੁਰੂ ਕਰੋ, ਕਿਉਂਕਿ ਬਹੁਤ ਸਾਰੀਆਂ ਗਵਾਹੀਆਂ ਪਰਮੇਸ਼ੁਰ ਤੁਹਾਡੀਆਂ ਜ਼ਿੰਦਗੀਆਂ 'ਚ ਰਿਲੀਜ਼ ਕਰ ਰਿਹਾ, ਤੁਸੀਂ ਬਿਗ ਬਿਗ ਟੈਸਟ ਮਨੀਸ ਦੇ ਨਾਲ ਵਾਪਸ ਆ ਰਿਹਾ, ਅੱਜ ਤੁਹਾਡੀਆਂ ਪ੍ਰਾਰਥਨਾ ਦੇ ਉੱਤਰ ਪਰਮੇਸ਼ੁਰ ਦੇਣ ਜਾ ਰਿਹਾ, ਤੁਹਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਟੈਸਟ ਮਨੀ ਵਿੱਚ ਬਦਲਣਗੇ, ਜਿੰਨੇ ਜਨ ਅੱਜ ਉਹਦੀ ਪ੍ਰੈਜੈਂਸ ਦੇ ਵਿੱਚ ਉਹਦੀ ਹਜ਼ੂਰੀ ਉਹਦੀ ਅਨੋਇੰਟਿੰਗ ਦੇ ਨਾਲ ਫੇਥਫੁਲੀ ਜੁੜਿਆ, ਅੱਜ ਪਰਮੇਸ਼ੁਰ ਦਾ ਆਤਮਾ ਉਹਦਾ ਮੱਸਾ ਤੁਹਾਨੂੰ ਦੇਖੇਗਾ, ਤੁਹਾਨੂੰ ਛੂਏਗਾ, ਤੁਹਾਡੇ ਜੀਵਨਾਂ 'ਚ ਬੰਧਨਾਂ ਨੂੰ ਤੋੜੇਗਾ, ਔਰ ਪਰਮੇਸ਼ੁਰ ਤੁਹਾਨੂੰ ਡਿੱਗਿਆਂ ਹੋਇਆਂ ਨੂੰ ਖੜ੍ਹੇ ਕਰੇਗਾ, ਤੁਹਾਡੇ ਰਸਤਿਆਂ ਨੂੰ ਪਰਮੇਸ਼ੁਰ ਤਿਆਰ ਕਰੇਗਾ, ਬੰਦ ਦਰਵਾਜ਼ਿਆਂ ਨੂੰ ਖੋਲ੍ਹੇਗਾ, ਤੁਹਾਡੀ ਬੁੱਧੀਆਂ ਨੂੰ ਪਰਮੇਸ਼ੁਰ ਚੇਂਜ ਕਰੇਗਾ, ਤੁਹਾਡੇ ਜੀਵਨ ਦਾ ਰਵੱਈਆ ਪਰਮੇਸ਼ੁਰ ਚੇਂਜ ਕਰੇਗਾ, ਤੁਹਾਡੇ ਘਰਾਨਿਆਂ ਤੱਕ ਪਰਮੇਸ਼ੁਰ ਉਧਾਰ ਦੇਣਗੇ। ਕਹੋ ਕਿ ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦਾ ਜੋ ਤੂੰ ਮੈਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ, ਤੂੰ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਲੈ ਗਿਆ, ਤੂੰ ਮੈਨੂੰ ਮੌਤ ਦੀਆਂ ਵਾਦੀਆਂ ਵਿੱਚੋਂ ਕੱਢ ਲਿਆਇਆ ਪਰਮੇਸ਼ੁਰ, ਔਰ ਖੁਦਾਵਨ ਖੁਦਾ ਯਹੋਵਾ ਪਰਮੇਸ਼ੁਰ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਜ਼ ਸਜਾਇਆ ਪਰਮੇਸ਼ੁਰ, ਖੁਦਾਵਨ ਤੂੰ ਆਪਣੇ ਲੋਕਾਂ ਦਾ ਉਧਾਰ ਪਰਮੇਸ਼ੁਰ ਕਰਨ ਵਾਲਾ ਖੁਦਾ ਆ ਲੋਰਡ, ਆਪਣੇ ਲੋਕਾਂ 'ਤੇ ਦਇਆ ਪਰਮੇਸ਼ੁਰ ਕਰਨ ਵਾਲਾ ਪਰਮੇਸ਼ੁਰ ਆ ਲੋਰਡ, ਮੈਂ ਤੇਰਾ ਧੰਨਵਾਦ ਕਰਦਾ, ਧੰਨਵਾਦ ਕਰਦੀ ਹਾਂ ਰਾਬਾ ਯਾਖਾ ਥਾਨਾ ਲਾ ਰਾਬਾਰਾ ਰੇਖੇ ਤੇਨੇ ਲੇ ਰੇ ਬੋਰੋ ਸ਼ੇਖੇ ਤੇਨੇ ਲੇ ਰੇ ਬੋਰੋ ਰੇਖੇ ਤੇਨੇ ਲੇ ਰੇ ਬੋਰੋ ਸ਼ੇਖੇ ਤੇਨੇ ਲੇ ਰੇ ਬੋਰੋ ਸ਼ੀਖਾ ਥਾਨਾ ਲਾ ਰਾਬਾਰਾ ਸ਼ਾਖਾ ਥਾਨਾ ਲਾ ਰਾਬਾਰਾ। ਕਹੋ ਕਿ ਪਰਮੇਸ਼ੁਰ ਅੱਜ ਦਾ ਤੇਰਾ ਵਚਨ
ਮੈਂ ਗ੍ਰਹਿਣ ਕਰਦਾ ਪਿਤਾ, ਅੱਜ ਦੇ ਵਚਨ ਨੂੰ ਮੈਂ ਸੁਣ ਕੇ ਪਿਤਾ ਮੰਨਣ ਵਾਲਾ ਹੋਵਾਂਗਾ, ਸੁਣਨ ਵਾਲਾ ਹੋਵਾਂਗਾ, ਬਹੁਤਿਆਂ ਨੂੰ ਸੁਣਾਉਣ ਵਾਲਾ ਹੋਵਾਂਗਾ, ਉਸ 'ਤੇ ਚੱਲਣ ਵਾਲਾ ਹੋਵਾਂਗਾ ਔਰ ਬਹੁਤਿਆਂ ਨੂੰ ਚਲਾਉਣ ਵਾਲਾ ਹੋਵਾਂਗਾ। ਪਰਮੇਸ਼ਰ ਮੈਨੂੰ ਇਹ ਗ੍ਰੇਸ ਦੇ, ਮੈਨੂੰ ਇਹ ਅਨੁਗ੍ਰਹਿ ਦੇ ਪਿਤਾ, ਅੱਜ ਤੇਰਾ ਵਚਨ ਮੇਰੇ ਜੀਵਨ 'ਚ ਜਦ ਆਵੇ ਪਿਤਾ ਮੈਨੂੰ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਵੇਗਾ, ਮੇਰੇ 'ਤੇ ਅਨੁਗ੍ਰਹਿ ਕਰੇਗਾ, ਮੇਰੇ 'ਤੇ ਦਇਆ ਕਰੇਗਾ ਪਿਤਾ, ਤੇਰੀ ਕਿਰਪਾ ਨੂੰ ਮੇਰੇ 'ਤੇ ਪਰਮੇਸ਼ਰ ਦਿਖਾਵੇਗਾ, ਮੈਨੂੰ ਉਹ ਮਨ ਦੇ ਪਿਤਾ ਜੋ ਮੈਂ ਤੇਰੇ ਵਚਨਾਂ 'ਤੇ ਮਨਨ ਕਰ ਸਕਾਂ। ਅੱਜ ਮੈਨੂੰ ਵਿਵੇਕ ਜੀਵਿਤ ਦੇ ਖੁਦਾਵੰਦ, ਮੇਰੇ ਵਿਵੇਕ ਨੂੰ ਜੀਵਿਤ ਕਰ ਦੇ, ਮੇਰੀ ਜ਼ਮੀਨ ਜੋ ਹਰ ਬੰਜ਼ਰ ਹੋ ਚੁੱਕੀ ਆ ਅੱਜ ਤੇਰੇ ਵਚਨ ਦਾ ਬੀਜ ਜਦ ਮੇਰੇ ਅੰਦਰ ਜਾਵੇ ਮੈਂ ਹਰਿਆਂ 'ਤੇ ਭਰਿਆ ਹੋ ਜਾਵਾਂ ਪਿਤਾ। ਮੇਰੇ ਜੀਵਨ ਨੂੰ ਛੂ, ਮੈਨੂੰ ਬਲੈਸ ਕਰ ਔਰ ਮੈਂ ਫੇਥ ਕਰਦਾ ਕਿ ਅੱਜ ਤੂੰ ਮੇਰੇ ਨਾਲ ਗੱਲ ਕਰਨ ਜਾ ਰਿਹਾ ਪਿਤਾ, ਔਰ ਮੈਂ ਤਿਆਰ ਹਾਂ ਪਿਤਾ ਤੇਰੀ ਆਵਾਜ਼ ਨੂੰ ਸੁਣਨ ਦੇ ਲਈ ਪਿਤਾ, ਤੇਰੇ ਵਚਨ 'ਤੇ ਮਨਨ ਕਰਨ ਦੇ ਲਈ। ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ 'ਚ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਇਸ ਵਚਨ ਨੂੰ ਪੜ੍ਹਾਂਗੇ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਰੈਡੀ ਕਰਨਾ, ਆਤਮਾ 'ਚ ਅਗਰੈਸਿਵ ਹੁੰਦਿਆਂ ਅੱਜ ਦੇ ਦਿਨ ਨੂੰ ਸ਼ੁਰੂ ਕਰਨਾ। ਸ਼ੈਤਾਨ ਝੂਠਾ ਉਹ ਹਾਰਿਆ ਹੋਇਆ ਵਾ, ਉਹ ਸਾਡੀਆਂ ਜ਼ਿੰਦਗੀਆਂ 'ਚ ਕਦੀ ਫਤਿਹ ਨਹੀਂ ਪਾ ਸਕਦਾ। ਸੋ ਆਪਣੇ ਆਪ ਨੂੰ ਤਿਆਰ ਕਰਨਾ ਅੱਜ ਦੇ ਦਿਨ, ਅੱਜ ਜਿਸ ਪ੍ਰਾਰਥਨਾ ਤੋਂ ਬਾਅਦ ਜਦੋਂ ਤੁਸੀਂ ਆਪਣੇ ਦਿਨ ਨੂੰ ਸ਼ੁਰੂ ਕਰੋਗੇ ਤੁਸੀਂ ਆਪਣੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਫਤਿਹ ਪਾਓਗੇ, ਗ੍ਰੇਸ ਪਾਓਗੇ, ਅਨੁਗ੍ਰਹਿ ਪਾਓਗੇ, ਦਇਆ ਨੂੰ ਪਾਓਗੇ। ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ 'ਚ ਸਭ ਬੋਲੋ ਆਮੀਨ। ਯਹੋਵਾ ਲਈ ਇੱਕ ਨਵਾਂ ਗੀਤ ਗਾਓ, ਹੇ ਸਾਰੀ ਸ੍ਰਿਸ਼ਟੀ ਯਹੋਵਾ ਲਈ ਗਾਓ, ਯਹੋਵਾ ਲਈ ਗਾਓ, ਉਹਦੇ ਨਾਮ ਨੂੰ ਮੁਬਾਰਕ ਆਖੋ, ਉਹਦੀ ਮੁਕਤੀ ਦਾ ਦਿਨੋ ਦਿਨ ਪ੍ਰਚਾਰ ਕਰੋ, ਕੌਮਾਂ ਦੇ ਵਿੱਚ ਉਹਦੇ ਪ੍ਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਹਦੇ ਅਚਰਜ ਕੰਮਾਂ ਦਾ ਵਰਣਨ ਕਰੋ। ਯਹੋਵਾ ਤਾਂ ਮਹਾਨ ਅਤੇ ਅਤ ਉਸਤਤ ਯੋਗ ਵੀ ਹੈ, ਸਾਰੇ ਦੇਵਤਿਆਂ ਵਿੱਚ ਨਾਲੋਂ ਉਹ ਭੈਦਾਇਕ ਹੈ, ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਪਰ ਯਹੋਵਾ ਨੇ ਆਕਾਸ਼ ਬਣਾਏ, ਉਪਮਾ ਅਤੇ ਮਾਣ ਉਹਦੇ ਹਜ਼ੂਰ ਹਨ, ਸਮਰੱਥਾ ਅਤੇ ਸਮਰਪਣ ਉਹਦੇ ਪਵਿੱਤਰ ਭਵਨ ਵਿੱਚ। ਲੋਕਾਂ ਦੇ ਲੋਕ ਕੁੱਲੋ ਯਹੋਵਾ ਨੂੰ ਮੰਨੋ, ਹਾਂ ਪ੍ਰਤਾਪ ਅਤੇ ਸਮਰੱਥਾ ਯਹੋਵਾ ਦੀ ਮੰਨੋ, ਪ੍ਰਤਾਪ ਯਹੋਵਾ ਦੇ ਨਾਮ ਦਾ ਮੰਨੋ, ਨਜ਼ਰਾਨਾ ਲੈ ਕੇ ਉਹਦੇ ਦਰਬਾਰ ਵਿੱਚ ਆਓ, ਯਹੋਵਾ ਨੂੰ ਪਵਿੱਤਰ ਵਸਤਰ ਵਿੱਚ ਮੱਥਾ ਟੇਕੋ, ਹੇ ਸਾਰੀ ਸ੍ਰਿਸ਼ਟੀ ਉਹਦੇ ਸਨਮੁਖ ਥਰ ਥਰ ਕਰੋ, ਕੌਮਾਂ ਵਿੱਚ ਆਖੋ ਭਈ ਯਹੋਵਾ ਰਾਜ ਕਰਦਾ ਹੈ, ਤਾਂ ਹੀ ਜਗਤ ਕਾਇਮ ਹੈ, ਭਈ ਉਹ ਨਾ ਹਿੱਲੇ, ਉਹ ਲੋਕਾਂ ਦਾ ਇਨਸਾਫ ਨਾਲ ਨਿਆਉ ਕਰੇਗਾ, ਆਕਾਸ਼ ਆਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ, ਸਮੁੰਦਰ 'ਤੇ ਉਹਦੀ ਭਰਪੂਰੀ ਗਰਜੇ, ਮੈਦਾਨ ਅਤੇ ਜੋ ਕੁਝ ਉਹਦੇ ਵਿੱਚ ਹੈ ਬਾਗ ਬਾਗ ਹੋਵੇ, ਫਿਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ ਯਹੋਵਾ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ, ਉਹ ਧਰਤੀ ਦਾ ਨਿਆਉ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਆਪਣੀ ਸੱਚਾ ਨਾਲ ਨਿਆਉ ਕਰੇਗਾ। ਸਭ ਬੋਲੋ ਆਮੀਨ ਆਮੀਨ। ਥੈਂਕ ਯੂ ਜੀਸਸ, ਧੰਨਵਾਦ ਓ ਪਰਮੇਸ਼ਵਰ, ਥੈਂਕ ਯੂ ਜੀਸਸ ਖੁਦਾਵੰਦ, ਤੇਰੇ ਜੀਵਿਤ ਨਾਮ 'ਚ ਪਿਤਾ ਪ੍ਰਭੂ ਯੇਸ਼ੂ ਮਸੀਹ ਅਸੀਂ ਪ੍ਰਾਰਥਨਾ ਕਰਦੇ ਲਾਉਣ, ਅੱਜ ਦਾ ਵਚਨ ਤੇਰੇ ਲੋਕਾਂ 'ਚ ਸੌ ਗੁਣਾ ਫਲ ਲੈ ਕੇ ਆਵੇ ਪਿਤਾ, ਅੱਜ ਦਾ ਵਚਨ ਤੇਰੇ ਲੋਕਾਂ ਨੂੰ ਦਲੇਰ ਕਰੇ ਪਿਤਾ, ਤੇਰੇ ਨਾਮ ਨੂੰ ਪਰਮੇਸ਼ਵਰ ਉੱਚਾ ਕਰਨ ਦੇ ਲਈ, ਬਹੁਤਿਆਂ ਵਿੱਚ ਤੇਰੇ ਕੰਮਾਂ ਦਾ ਪ੍ਰਚਾਰ ਕਰਨ ਦੇ ਲਈ ਪਿਤਾ, ਤੇਰੇ ਸੁਸਮਾਚਾਰ ਨੂੰ ਲੈ ਕੇ ਜਾਣ ਦੇ ਲਈ ਪਿਤਾ, ਅੱਜ ਦੇ ਵਚਨ ਦਾ ਬੀਜ ਇਹਨਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਵਰ ਇਹਨਾਂ ਨੂੰ ਸੇਵ ਨਾ ਛੱਡਿਓ, ਸੌ ਗੁਣਾ ਫਲ ਲੈ ਕੇ ਆਵੇ, ਬਹੁਤਿਆਂ ਵਿੱਚ ਇਹ ਫਲ ਪਰਮੇਸ਼ਵਰ
ਖੁਦਾਵਨ ਖੁਦਾ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣੀ ਪਿਤਾ, ਤੇਰੇ ਅਨੁਗ੍ਰਹਿ ਤੇਰੀ ਦਇਆ ਨੂੰ ਮੰਗਦੀ। ਸੋ ਸਭ ਜਨ ਵਚਨ ਦੇ ਆਧਾਰ 'ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵਨ ਮੈਨੂੰ ਇੱਕ ਗ੍ਰੇਸ ਦੇ, ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ, ਕਿ ਹਮੇਸ਼ਾ ਮੈਂ ਤੇਰੇ ਘਰ ਦੇ ਵਿੱਚ ਆਵਾਂ ਪਿਤਾ। ਮੈਂ ਤੇਰੇ ਨਾਮ ਨੂੰ ਮੁਬਾਰਕ ਆਖਾਂ ਪਰਮੇਸ਼ਰ ਖੁਦਾਵਨ ਖੁਦਾ। ਮੈਂ ਆਪਣੇ ਪਵਿੱਤਰ ਵਸਤਰਾਂ ਵਿੱਚ ਪਰਮੇਸ਼ਰ ਤੇਰੇ ਹਜ਼ੂਰ ਤੇਰੇ ਅੱਗੇ ਆਪਣੇ ਸਿਰ ਨੂੰ ਝੁਕਾਵਾਂ, ਤੇਰੇ ਅੱਗੇ ਮੱਥਾ ਟੇਕਾਂ ਪਰਮੇਸ਼ਰ। ਆਪਣੀ ਖੁਦਾਵਨ ਦਇਆ ਨੂੰ ਦਿਖਾ ਪਰਮੇਸ਼ਰ। ਮੈਂ ਡਰਦੇ ਔਰ ਕੰਬਦੇ ਹਾਂ, ਹਮੇਸ਼ਾ ਤੇਰੇ ਘਰ ਦੇ ਵਿੱਚ ਆਵਾਂ ਪਰਮੇਸ਼ਰ। ਤੇਰੇ ਨਾਮ ਨੂੰ ਮੁਬਾਰਕ ਆਖਣ ਦੇ ਲਈ ਪਿਤਾ, ਤੇਰੇ ਕੰਮਾਂ ਦਾ ਪ੍ਰਚਾਰ ਕਰਨ ਦੇ ਲਈ ਪਿਤਾ, ਮੈਨੂੰ ਇਹ ਗ੍ਰੇਸ ਦੇ, ਮੇਰੇ 'ਤੇ ਇਹ ਅਨੁਗ੍ਰਹਿ ਕਰ, ਮੇਰੇ 'ਤੇ ਫਜ਼ਲ ਕਰ, ਮੇਰੇ 'ਤੇ ਕਿਰਪਾ ਕਰ ਪਰਮੇਸ਼ਰ। ਮੈਨੂੰ ਭਰਪੂਰ ਕਰ ਆਪਣੀ ਆਤਮਾ, ਆਪਣੀ ਸਾਮਰ ਦੇ ਨਾਲ ਪਰਮੇਸ਼ਰ। ਤੇਰੀ ਕਿਰਪਾ, ਤੇਰੇ ਫਜ਼ਲ ਨੂੰ ਮੈਂ ਦੇਖ ਸਕਾਂ ਪਰਮੇਸ਼ਰ। ਮੈਂ ਹਰ ਰੋਜ਼ ਤੇਰੇ ਲਈ ਇੱਕ ਨਵਾਂ ਗੀਤ ਗਾਵਾਂ ਪਰਮੇਸ਼ਰ ਖੁਦਾਵਨ। ਤੇਰੇ ਨਾਮ ਨੂੰ ਮੈਂ ਹਰ ਰੋਜ਼ ਪਰਮੇਸ਼ਰ ਸਹਿਲਾਵਾਂ। ਮੈਂ ਤੇਰੇ ਨਾਮ ਨੂੰ ਮੁਬਾਰਕ ਆਖਾਂ ਪਰਮੇਸ਼ਰ ਖੁਦਾਵਨ। ਦਇਆ ਕਰ ਖੁਦਾਵਨ, ਦਇਆ ਨੂੰ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਮੇਰੇ ਉੱਤੇ ਦਇਆ ਕਰ, ਦਇਆ ਕਰ, ਦਇਆ ਕਰ ਪਰਮੇਸ਼ਰ। ਮੇਰੇ ਉੱਤੇ ਦਇਆ ਕਰ, ਦਇਆ ਕਰ, ਦਇਆ ਕਰ, ਦਇਆ ਕਰ ਸਾਮਰਥੀ ਪਰਮੇਸ਼ਰ। ਲਾਰਡ, ਤੇਰੇ ਲੋਕਾਂ ਦੇ ਜੀਵਨ 'ਚ ਅੱਜ ਦਾ ਵਚਨ ਪਰਮੇਸ਼ਰ 100 ਗੁਣਾ ਫਲ ਲੈ ਕੇ ਆਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ। ਸੋ ਸਭ ਜਨ ਗੈਟ ਰੈਡੀ, ਆਪਣੇ ਆਪ ਨੂੰ ਫਾਇਰ ਪ੍ਰਾਰਥਨਾ ਦੇ ਲਈ ਤਿਆਰ ਕਰੋ, ਕਿਉਂਕਿ ਰੋਜ਼ ਦੀ ਰੋਟੀ ਪਰਮੇਸ਼ਰ ਸਾਨੂੰ ਦੇ ਚੁੱਕਿਆ। ਇਹ ਸਮਾਂ ਵਾ ਆਪਣੇ ਆਪ ਨੂੰ ਆਜ਼ਾਦ ਕਰਨ ਦਾ, ਆਪਣੇ ਆਪ ਨੂੰ ਛੁਡਾਉਣ ਦਾ, ਅਗਲੇ ਲੈਵਲ 'ਤੇ ਲੈ ਕੇ ਜਾਣ ਦਾ, ਕਿਉਂਕਿ ਫਾਇਰ ਸਾਡਾ ਬ੍ਰੈਂਡ ਆ ਜੋ ਸਾਨੂੰ ਚਮਕਾਉਂਦਾ ਵਾ, ਉਹ ਮੱਸਾ ਜੋ ਸਾਡੇ ਜੂਲਿਆਂ ਨੂੰ, ਸਾਡੇ ਬੰਧਨਾਂ ਨੂੰ ਤੋੜਦਾ। ਕਿਉਂਕਿ ਪਰਮੇਸ਼ਰ ਨੇ ਕਿਹਾ, ਮੈਂ ਤੇਰਾ ਬਦਲਾ ਲੈਣ ਵਾਲਾ ਪਰਮੇਸ਼ਰ ਹਾਂ, ਮੈਂ ਅੱਗ ਨਾ ਭਰਿਆ ਪਰਮੇਸ਼ਰ ਹਾਂ। ਖੁਦਾਵੰਨ ਨੇ ਕਿਹਾ, ਤੂੰ ਪਾਣੀਆਂ ਦੇ ਵਿੱਚੋਂ ਦੀ ਨੰਗਾਗਾ, ਪਾਣੀ ਤੈਨੂੰ ਡੁਬਾ ਨਾ ਪਾਉਣਗੇ, ਤੂੰ ਅੱਗ ਵਿੱਚੋਂ ਦੇ ਨੰਗੇਗਾ, ਅੱਗ ਤੈਨੂੰ ਸਾੜ ਨਾ ਪਾਵੇਗੀ। ਸਾਡਾ ਪਰਮੇਸ਼ੁਰ ਐਸਾ ਭਲਿਆਈਆਂ ਨਾਲ ਭਰਿਆ ਪਰਮੇਸ਼ੁਰ, ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਆ। ਸੋ ਕਹੋ ਕਿ ਪਵਿੱਤਰ ਆਤਮਾ ਤੇਰੀ ਫਾਇਰ ਮੇਰੇ 'ਤੇ ਉਤਰੇ। ਆਪਣੇ ਹੱਥਾਂ ਨੂੰ ਉਠਾ ਕੇ ਕਹੋ ਕਿ ਪਰਮੇਸ਼ੁਰ ਤੇਰਾ ਮਸਾ ਮੇਰੇ 'ਤੇ ਉਤਰੇ। ਰਾਈਟ ਨਾਓ ਖੁਦਾਵੰਨ, ਤੇਰੀ ਫਾਇਰ ਤੇਰੇ ਲੋਕਾਂ 'ਤੇ ਉਤਰੇ। ਜਿੱਦਾਂ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ੁਰ ਤੇਰੇ ਅੱਗੇ ਪ੍ਰਾਰਥਨਾ ਕਰ ਰਿਹਾ, ਖੁਦਾਵੰਨ ਤੇਰੀ ਸਾਮਰਥ ਇਹਨਾਂ ਨੂੰ ਟੱਚ ਕਰੇ। ਹੌਲੀ ਗੋਸਟ ਫਾਇਰ ਇਨ ਦਾ ਨੇਮ ਆਫ ਜੀਸਸ। ਪਵਿੱਤਰ ਆਤਮਾ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦੀ ਯਿਸੂ ਮਸੀਹ ਦੇ ਨਾਮ 'ਚ। ਖੁਦਾਵੰਨ, ਜੋ ਤੁਸੀਂ ਸਾਡੇ ਲਈ ਹੌਂਕੇ ਭਰ ਕੇ ਸਿਫਾਰਿਸ਼ ਕਰਦੇ ਪਿਤਾ ਅੱਗੇ, ਅੱਜ ਜਿੰਨੇ ਹੱਥ ਤੇਰੀ ਹਜ਼ੂਰੀ ਝੁੱਠੇ ਆ, ਜਿੰਨੇ ਜਨ ਤੇਰੇ ਅੱਗੇ ਝੁਕੇ ਹੋਏ ਪਿਤਾ, ਇੱਕ ਇੱਕ ਦੇ ਲਈ ਪ੍ਰਾਰਥਨਾ ਕਰ। ਖੁਦਾਵੰਨ, ਤੇਰਾ ਆਤਮਾ ਪਰਮੇਸ਼ੁਰ ਤੇਰੇ ਲੋਕਾਂ ਨੂੰ ਟੱਚ ਕਰੇ। ਹੌਲੀ ਗੋਸਟ ਦੀ ਫਾਇਰ ਤੇਰੇ ਲੋਕਾਂ 'ਤੇ ਉਤਰੇ। ਬੰਧਨ ਟੁੱਟਣ, ਕਸ ਟੁੱਟਣ, ਸ਼ਾਪ ਟੁੱਟਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ। ਅੱਜ ਜਿੰਨੇ ਜਕੜੇ ਆ ਪਰਮੇਸ਼ੁਰ, ਤੇਰੇ ਜੀਵਿਤ ਨਾਮ 'ਚ ਆਜ਼ਾਦ ਹੋ ਜਾਣ। ਸਾਰੇ ਜਾਦੂ ਟੋਣਿਆਂ ਦੇ 'ਤੇ ਹੌਲੀ ਗੋਸਟ ਦੀ ਫਾਇਰ ਉਤਰੇ। ਜਿੰਨੇ ਬਿਮਾਰ ਆ ਪਰਮੇਸ਼ੁਰ, ਉਹਨਾਂ ਦੇ ਰੋਗ ਉਹਨਾਂ ਨੂੰ ਛੱਡ ਕੇ ਜਾਣ। ਗੁੰਗੀਆਂ, ਬਹਿਰੀਆਂ, ਅੰਧੀਆਂ ਆਤਮਾਵਾਂ, ਆਊਟ, 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 ਆਊਟ ਇਨ ਦਾ ਨੇਮ ਆਫ ਜੀਸਸ। ਜਿੰਨੇ ਪਰਮੇਸ਼ੁਰ ਇਹਨਾਂ ਦੇ ਗੁਪਤ ਅੰਗਾਂ ਦੇ ਰੋਗ, ਇਹਨਾਂ ਨੂੰ ਛੱਡ ਕੇ ਜਾਣ ਯਿਸੂ ਮਸੀਹ ਦੇ ਨਾਮ 'ਚ। ਪੱਥਰੀਆਂ, ਰਸੌਲੀਆਂ, ਗਿਲਟੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ ਰਾਈਟ ਨਾਓ ਗਾਇਬ ਹੋ ਜਾਣ, ਆਊਟ ਹੋਣ, ਆਊਟ ਹੋਣ, ਆਊਟ ਹੋਣ, ਆਊਟ ਹੋਣ। ਡੈਵਲ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ ਇਨ ਦਾ ਨੇਮ ਆਫ ਜੀਸਸ। ਰੇ ਪੁਰਸ਼ੇ ਕਿੱਥੇ ਨੀਲੇ ਰੇ ਬੇਰੇ ਸ਼ੇ ਕਿੱਥੇ ਨੀਲੇ ਰੇ ਬੇਰੇ। ਕਹਿੰਦੇ ਹਾਂ ਕਿ ਪਰਮੇਸ਼ੁਰ, ਅੱਜ ਜਿੰਨੀਆਂ ਦੁਸ਼ਟ ਆਤਮਾ ਨੇ ਮੇਰੇ ਲਈ ਪਲੈਨਿੰਗਸ ਰੱਖੀਆਂ, ਮੇਰੇ ਬੱਚਿਆਂ ਦੇ ਲਈ, ਮੇਰੇ ਹਸਬੈਂਡ ਦੇ ਲਈ, ਮੇਰੀ ਵਾਈਫ ਦੇ ਲਈ, ਮੇਰੇ ਪਰਿਵਾਰ ਦੇ ਲਈ, ਮੇਰੇ ਫਾਈਨੈਂਸ ਦੇ ਲਈ, ਮੈਨੂੰ ਸੁੱਟਣ ਦੇ ਲਈ, ਪਰਮੇਸ਼ੁਰ
ਖੁਦਾਵਨ ਅੱਜ ਜੋ ਸਾਰੇ ਅਟੈਕ ਜੋ ਡੈਵਲ ਨੇ ਮੇਰੀ ਲਾਈਫ ਦੇ ਲਈ ਮੇਰੇ ਘਰਾਨੇ ਦੇ ਲਈ ਰੱਖਿਆ, ਅੱਜ ਉਹਨਾਂ ਸਾਰੇ ਅਟੈਕਸ ਦੇ ਉੱਤੇ ਉਹਦੀਆਂ ਸਾਰੀਆਂ ਪਲੈਨਿੰਗਸ ਦੇ ਉੱਤੇ ਖੁਦਾਵਨ ਤੇਰੇ ਪਵਿੱਤਰ ਆਤਮਾ ਦੀ ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਕੈਂਸਲ ਕਰੋ ਕਿ ਅੱਜ ਉਹਦੀਆਂ ਸਾਰੀਆਂ ਯੁਕਤੀਆਂ ਕੈਂਸਲ ਹੋਣ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਉਹਦੀਆਂ ਸਾਰੀਆਂ ਪਲੈਨਿੰਗਸ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉੱਤਰੇ, ਅੱਜ ਉਹਦੇ ਸਾਰੇ ਬੰਦ, ਅੱਜ ਉਹਦੇ ਸਾਰੇ ਸ਼ੈਤਾਨ ਦੇ ਸਾਰੇ ਦਰਵਾਜ਼ਿਆਂ ਨੂੰ ਅੱਜ ਮੈਂ ਬੰਦ ਕਰਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਮੈਂ ਬੰਦ ਕਰਦੀ ਹਾਂ। ਕਹੋ ਕਿ ਪਰਮੇਸ਼ੁਰ ਜਿੰਨੇ ਸ਼ੈਤਾਨ ਨੇ ਅੱਜ ਮੇਰੇ ਲਈ ਯੁਕਤੀਆਂ ਰੱਖੀਆਂ, ਉਹਦੀਆਂ ਪਲੈਨਿੰਗਸ ਆ ਪਰਮੇਸ਼ੁਰ, ਅੱਜ ਉਹਨਾਂ ਸਾਰੀਆਂ ਪਲੈਨਿੰਗਸ ਦੇ ਉੱਤੇ ਮੈਂ ਖੁਦਾਵੰਦ ਤੇਰੀ ਪ੍ਰੈਜੈਂਸ ਦੇ ਵਿੱਚ ਤੇਰੀ ਅੱਗ ਨੂੰ ਰਿਲੀਜ਼ ਕਰਦਾ, ਮੈਂ ਤੇਰੇ ਮਸਾਂ ਨੂੰ ਰਿਲੀਜ਼ ਕਰਦਾ ਜੋ ਉਹਦੀਆਂ ਸਾਰੀਆਂ ਪਲੈਨਿੰਗਸ ਦੇ ਉੱਤੇ। ਹੌਲੀ ਗੋਸ ਫਾਇਰ 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 ਫਾਇਰ, ਹਰ ਐਕਸੀਡੈਂਟਲੀ ਸਪਿਰਿਟ ਅਤੇ ਬੈਡ ਨਿਊਜ਼ ਦੇ ਉੱਤੇ ਹੌਲੀ ਗੋਸ ਦੀ ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ। ਜਿੰਨੇ ਜਾਦੂ ਟੋਣੇ ਮੇਰੀ ਵੇਟ ਕਰ ਰਹੇ ਆ, ਜਿੰਨੀਆਂ ਦੁਸ਼ਟ ਆਤਮਾ ਮੇਰੇ ਘਰਾਨੇ ਦੀ, ਮੇਰੇ ਫਾਈਨੈਂਸ ਦੀ, ਮੇਰੀ ਨਾਲ ਜੁੜੀ ਇੱਕ ਇੱਕ ਚੀਜ਼ ਦੀ ਵੇਟ ਕਰ ਰਹੇ ਆ, ਮੈਨੂੰ ਸੁੱਟਣ ਦੇ ਲਈ, ਮੈਨੂੰ ਡਿਸਟਰੋਏ ਕਰਨ ਦੇ ਲਈ, ਮੇਰੀ ਡੈਸਟਨੀ ਨੂੰ ਚੇਂਜ ਕਰਨ ਦੇ ਲਈ, ਅੱਜ ਉਹਨਾਂ ਦੇ ਉੱਤੇ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦਾ ਵਾਂ, ਰਿਲੀਜ਼ ਕਰਦੀ ਆ। ਕਹੋ ਕਿ ਪਰਮੇਸ਼ੁਰ ਤੇਰੀ ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ। ਜਿੰਨੀਆਂ ਦੁਸ਼ਟ ਆਤਮਾ ਪਰਮੇਸ਼ੁਰ ਮੇਰੀ ਬੁੱਧੀ 'ਤੇ ਅਟੈਕ ਕਰਦੀਆਂ ਲੋੜ, ਔਰ ਮੇਰੀ ਬੁੱਧੀ ਨੂੰ ਮੂਰਖਤਾਈ ਦੀ ਵੱਲ ਮੋੜਦੀਆਂ ਪਰਮੇਸ਼ੁਰ, ਔਰ ਮੈਨੂੰ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਰੋਕਦੀਆਂ ਪਰਮੇਸ਼ੁਰ, ਅੱਜ ਜੋ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਸ ਦੀ ਫਾਇਰ ਉੱਤਰੇ, 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 ਫਾਇਰ ਉੱਤਰੇ। ਕਹੋ ਕਿ ਪਰਮੇਸ਼ੁਰ ਹਰ ਇੱਕ ਉਹ ਪਰਸਨ ਜੋ ਤੇਰੇ ਵੱਲੋਂ ਪਰ ਮੇਰੀ ਲਾਈਫ ਵਿੱਚ, ਮੇਰੇ ਬੱਚਿਆਂ 'ਚ, ਮੇਰੀ ਮੈਰਿਡ ਲਾਈਫ 'ਚ, ਮੇਰੇ ਘਰਾਨੇ 'ਚ ਐਂਟਰ ਆ ਪਰਮੇਸ਼ੁਰ, ਜਿਹਦੇ ਕਰਕੇ ਪਰਮੇਸ਼ੁਰ ਮੇਰੀ ਲਾਈਫ 'ਚ ਸਟਰਗਲ ਆ, ਮੇਰੀ ਮੈਰਿਡ ਲਾਈਫ 'ਚ ਸਟਰਗਲ, ਮੇਰੇ ਫਾਈਨੈਂਸ 'ਚ, ਮੇਰੀ ਜੋਬ 'ਚ, ਮੇਰੀ ਲਾਈਫ ਦੇ ਕਿਸੇ ਵੀ ਹਿੱਸੇ, ਮੇਰੇ ਬੱਚਿਆਂ 'ਚ ਸਟਰਗਲ ਆ ਪਰਮੇਸ਼ੁਰ, ਉਹ ਪਰਸਨ ਅੱਜ ਤੇਰੀ, ਮੈਂ ਖੁਦਾਵੰਦ ਤੇਰੀ ਦਇਆ ਨੂੰ ਮੰਗਦਾ, ਔਰ ਉਹ ਪਰਸਨ ਸਾਡੇ ਘਰਾਨਿਆਂ 'ਚੋਂ, ਮੇਰੇ ਬੱਚਿਆਂ 'ਚੋਂ, ਮੇਰੇ ਹਸਬੈਂਡ, ਮੇਰੀ ਵਾਈਫ, ਮੇਰੇ ਫਾਈਨੈਂਸ, ਮੇਰੇ ਜੋਬ 'ਚੋਂ, ਮੇਰੀ ਲਾਈਫ 'ਚੋਂ ਖੁਦਾਵੰਦ ਤੇਰੀ ਫਾਇਰ ਦੇ ਦੁਆਰਾ ਆਊਟ ਹੋਵੇ, ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਉੱਤਰੇ। ਲੋਰਡ ਤੇਰੇ ਦੂਤ ਉਹਨਾਂ ਪਰਸਨਸ ਨੂੰ ਪਰਮੇਸ਼ੁਰ ਸਾਡੀਆਂ ਲਾਈਫਾਂ 'ਚੋਂ, ਘਰਾਨਿਆਂ 'ਚੋਂ ਆਊਟ ਕਰਨ, ਆਊਟ ਕਰਨ, ਆਊਟ ਕਰਨ। ਪਰਮੇਸ਼ੁਰ ਤੇਰੀ ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ, ਅੱਗ ਉੱਤਰੇ। ਡੈਵਲ ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ। ਸ਼ੈਤਾਨ ਤੇਰੇ ਸਾਰੇ ਸ਼ੈਤਾਨੀ ਲੋਕ ਤੇਰੇ ਲੋਕਾਂ ਦੇ, ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਆਊਟ ਹੋਣ ਖੁਦਾਵਨ। ਰਾਈਟ ਨਾਓ ਸ਼ੈਤਾਨੀ ਲੋਕ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚੋਂ ਆਊਟ ਹੋਣ, ਆਊਟ ਹੋਣ, ਆਊਟ ਹੋਣ, ਆਊਟ ਹੋਣ। ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਕੈਚ ਫਾਇਰ, ਇਨ ਦਾ ਨੇਮ ਆਫ ਜੀਸਸ। ਉਹਨੇ ਕਿਹਾ ਮੈਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵਾਂਗਾ, ਭਾਈ ਉਹ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। ਕਹੋ ਕਿ ਪਰਮੇਸ਼ੁਰ ਅੱਜ ਤੇਰੇ ਏਂਜਲਸ ਮੇਰੀ ਲਾਈਫ 'ਤੇ ਰਿਲੀਜ਼ ਕਰ, ਉਹ ਏਂਜਲਸ ਜੋ ਤੂੰ ਮੇਰੇ ਲਈ ਅਪੁਆਇੰਟ ਕੀਤੇ ਆ ਮੇਰੀ ਲਾਈਫ 'ਚ, ਮੇਰੀ ਮੈਰਿਡ ਲਾਈਫ 'ਚ, ਮੇਰੀ ਮਿਨਿਸਟਰੀ 'ਚ, ਖੁਦਾਵਨ ਮੇਰੇ ਬੱਚਿਆਂ ਦੇ ਲਈ, ਮੇਰੀ ਫਾਈਨੈਂਸ ਦੇ ਲਈ, ਪਿਤਾ ਮੇਰੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਪਰਮੇਸ਼ੁਰ, ਜਿਹੜੇ ਏਂਜਲਸ ਤੂੰ ਮੇਰੇ ਲਈ ਰਿਲੀਜ਼ ਕੀਤੇ, ਮੇਰੇ ਲਈ ਅਪੁਆਇੰਟ ਕੀਤੇ, ਪਰ ਉਹ ਮੇਰੀ ਲਾਈਫ 'ਚ, ਮੇਰੀ ਮੇਰੀ ਜ਼ਿੰਦਗੀ 'ਚ ਕਿਸੇ ਵੀ ਕਾਰਨ ਐਂਟਰ ਨਹੀਂ ਕਰ ਪਾ ਰਹੇ ਪਿਤਾ, ਅੱਜ ਉਹ ਸਾਰੇ ਕਾਰਨ ਖਤਮ ਹੋਣ ਪਿਤਾ, ਔਰ ਤੇਰੇ ਏਂਜਲਸ ਮੇਰੇ ਘਰਾਨੇ ਮੇਰੀ ਲਾਈਫ 'ਚ ਐਂਟਰ ਕਰਨ ਪਰਮੇਸ਼ੁਰ, ਤੇਰੇ ਅਨੁਗ੍ਰਹਿ ਦੁਆਰਾ ਪਰਮੇਸ਼ੁਰ, ਉਹਨਾਂ ਏਂਜਲਸ ਨੂੰ ਮੈਂ ਤੇਰੇ ਕੋਲੋਂ ਮੰਗਦਾ ਖੁਦਾਵਨ,
ਤੇਰੇ ਏਂਜਲਸ ਮੇਰੀ ਲਾਈਫ ਦੇ ਉੱਤੇ ਉਤਰਨ, ਮੇਰੇ ਘਰਾਣੇ 'ਚ ਉਤਰਨ, ਮੇਰੇ ਫਾਈਨੈਂਸ 'ਚ ਉਤਰਨ, ਮੇਰੀ ਜ਼ਿੰਦਗੀ 'ਚ ਉਤਰਨ ਰਾਈਟ ਨਾਓ। ਹਰ ਇੱਕੋ ਕਾਰਨ ਜੋ ਮੇਰੀ ਲਾਈਫ ਦੇ ਉੱਤੇ ਪਿਤਾ ਮੇਰੀ ਬਰਕਤ ਨੂੰ ਰੋਕ ਕੇ, ਉਹਨਾਂ ਏਂਜਲਸ ਨੂੰ ਰੋਕ ਕੇ ਬੈਠਾ, ਅੱਜ ਹਰ ਇੱਕੋ ਕਾਰਨ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ, 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 ਹੌਲੀ ਗੋਸ ਫਾਇਰ, 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 ਫਾਇਰ ਇਨ ਦਾ ਨੇਮ ਆਫ ਜੀਸਸ। ਕਹੋ ਕਿ ਹਰ ਇੱਕ ਜੈਨਰੇਸ਼ਨ ਦਾ ਕਰਸ ਜਿਹਨੇ ਮੇਰੀ ਲਾਈਫ ਦੇ ਉੱਤੇ ਮੈਨੂੰ ਫੇਲ ਕੀਤਾ, ਮੈਨੂੰ ਡਿਲੇ ਕੀਤਾ, ਮੇਰੀ ਬਲੈਸਿੰਗ ਨੂੰ ਰੋਕਿਆ, ਮੇਰੀ ਬੇਬੀ ਬਲੈਸਿੰਗ ਨੂੰ ਰੋਕਿਆ, ਮੇਰੇ ਫਾਈਨੈਂਸ ਦੀ ਬਲੈਸਿੰਗ ਨੂੰ ਰੋਕਿਆ, ਮੇਰੇ ਫਿਊਚਰ ਬਲੈਸਿੰਗ ਨੂੰ ਰੋਕਿਆ ਹੋਇਆ ਖੁਦਾਵੰਦ, ਮੇਰੇ ਆਨੰਦ ਨੂੰ ਰੋਕਿਆ ਹੋਇਆ ਪਰਮੇਸ਼ਰ, ਮੇਰੀ ਮੈਰਿਡ ਲਾਈਫ ਦੀ ਸ਼ਾਂਤੀ ਪੀਸ ਨੂੰ ਰੋਕਿਆ ਹੋਇਆ। ਹਰ ਇੱਕੋ ਜੈਨਰੇਸ਼ਨ ਦੇ ਕਰਸ ਦੇ ਉੱਤੇ, ਚਾਹੇ ਉਹ ਨਸ਼ੇ ਦੇ ਰੂਪ 'ਚ ਕੰਮ ਕਰ ਰਿਹਾ, ਵਿਭਚਾਰ ਦੇ ਰੂਪ 'ਚ ਕੰਮ ਕਰ ਰਿਹਾ, ਚਾਹੇ ਉਹ ਫੇਲੀਅਰ ਦੇ ਰੂਪ 'ਚ ਕੰਮ ਕਰ ਰਿਹਾ, ਡਿਲੇ ਦੇ ਰੂਪ 'ਚ ਕੰਮ ਕਰ ਰਿਹਾ, ਬਿਮਾਰੀ ਦੇ ਰੂਪ 'ਚ ਕੰਮ ਕਰ ਰਿਹਾ, ਜਾਦੂ ਟੋਣੇ ਦੇ ਰੂਪ 'ਚ ਕੰਮ ਕਰ ਰਿਹਾ, ਨੌਨਸੈਂਸ ਦੇ ਰੂਪ 'ਚ ਕੰਮ ਕਰ ਰਿਹਾ। ਕਹੋ ਕਿ ਹਰ ਇੱਕੋ ਜੈਨਰੇਸ਼ਨ ਦਾ ਕਰਸ ਮੇਰੇ ਘਰਾਣੇ 'ਚੋਂ, ਮੇਰੀ ਲਾਈਫ 'ਚੋਂ, ਮੇਰੀ ਲਾਈਫ ਦੇ ਹਰ ਹਿੱਸੇ 'ਚੋਂ, ਮੇਰੇ ਬੱਚਿਆਂ 'ਚੋਂ, ਮੇਰੇ ਹਸਬੈਂਡ, ਮੇਰੀ ਵਾਈਫ 'ਚੋਂ, ਮੇਰੀ ਮੈਰਿਡ ਲਾਈਫ 'ਚੋਂ, ਮੇਰੇ ਫਾਈਨੈਂਸ 'ਚੋਂ, ਮੇਰੀ ਬਾਡੀ 'ਚੋਂ, ਡੈਵਲ ਆਈ ਕਮਾਂਡ ਯੂ ਆਊਟ, 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 ਆਊਟ ਇਨ ਦਾ ਨੇਮ ਆਫ ਜੀਸਸ। ਕਹੋ ਕਿ ਪਵਿੱਤਰ ਆਤਮਾ ਦੀ ਅੱਗ ਉਤਰੇ, 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 ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਰੇਬੋਰੋ ਯੋਕੋ ਤੋਨੋ ਲੋਰੋ ਬੋਰੋ ਸ਼ੇਕੇ ਥੇਨੇ ਲੇ ਰੇ ਬੇਰੇ ਸ਼ੇਕੇ ਥੇਨੇ ਲੇ ਰੇ ਬੇਰੇ ਰੇਬੋਰੋ ਸ਼ੇਕੇ ਥੇਨੇ ਲੇ ਰੇਬੋਰੋ ਸ਼ੇਕੇ ਥੇਨੇ ਲੇ ਰੇ ਬੇਰੇ ਕਹੋ ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਲੋਰਡ। ਖੁਦਾਵਨ ਮੈਂ ਪ੍ਰਾਰਥਨਾ ਕਰਦੀ ਹਾਂ ਖੁਦਾਵਨ, ਔਰ ਮੇਰਾ ਫੇਥ ਆ ਜਿੰਨੇ ਅੱਜ ਦੀ ਪ੍ਰਾਰਥਨਾ ਨਾਲ ਜੁੜ ਚੁੱਕਿਆ, ਤੇਰਾ ਆਤਮਾ ਇੱਕ ਇੱਕ ਜਨ ਨੂੰ ਪਰਮੇਸ਼ਰ ਛੂ ਚੁੱਕਿਆ ਪਿਤਾ, ਤੇਰੇ ਏਂਜਲਸ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਆ ਚੁੱਕਿਆ ਪਿਤਾ। ਹਰ ਕਲੇਸ਼, ਉਦਾਸੀ, ਨਿਰਾਸ਼ਾ, ਸ਼ਰਮਿੰਦਗੀ ਪਰਮੇਸ਼ਰ, ਟੈਂਸ਼ਨ, ਡਿਪਰੈਸ਼ਨ ਇਹਨਾਂ ਦੀਆਂ ਲਾਈਫਾਂ 'ਚੋਂ ਆਊਟ ਆ ਯਿਸੂ ਮਸੀਹ ਦੇ ਨਾਮ 'ਚ। ਮੇਰੀ ਪ੍ਰਾਰਥਨਾ ਇਹ ਬਿਗ ਬਿਗ ਟੈਸਟ ਮਨੀਸ ਦੇ ਨਾਲ ਵਾਪਸ ਆਉਣ, ਤੇਰੇ ਗਵਾਈਆਂ ਦੇ ਬਾਦਲ ਇਹਨਾਂ ਨੂੰ ਘੇਰ ਲੈਣ ਪਿਤਾ, ਤੇਰੇ ਗ੍ਰੇਸ, ਤੇਰੇ ਅਨੁਗ੍ਰਹਿ ਦੇ ਦੁਆਰਾ ਇਹ ਵਾਪਸ ਆਉਣ, ਤੇਰੀ ਦਇਆ ਇਹਨਾਂ ਨੂੰ ਘੇਰੇ ਪਰਮੇਸ਼ੁਰ, ਤੇਰੀ ਕਿਰਪਾ ਇਹਨਾਂ ਦੇ ਉੱਤੇ ਆਵੇ ਪਰਮੇਸ਼ੁਰ। ਖੁਦਾਵੰਦ ਜਦੋਂ ਤੇਰੀ ਪ੍ਰੈਜੈਂਸ 'ਚੋਂ ਬਾਹਰ ਜਾਣ ਪਿਤਾ, ਤੇਰੀ ਹਜ਼ੂਰੀ ਇਹਨਾਂ ਦੇ ਸੰਗ ਹੋਵੇ, ਤੇਰੀ ਪ੍ਰੈਜੈਂਸ ਫਿਰ ਵੀ ਇਹਨਾਂ ਦੇ ਉੱਤੇ ਠਹਿਰੇ ਪਿਤਾ, ਅੱਜ ਦੇ ਇਹਨਾਂ ਦੇ ਸਾਰੇ ਕੰਮਾਂ 'ਤੇ ਬਰਕਤ ਦੇ, ਇਹਨਾਂ ਦੇ ਸਫ਼ਰ ਮੁਬਾਰਕ ਕਰ। ਹਰ ਐਕਸੀਡੈਂਟਲੀ ਸਪਿਰਿਟ ਨੂੰ, ਬੈਡ ਨਿਊਜ਼ ਨੂੰ ਮੈਂ ਕੈਂਸਲ ਕਰ ਦਿੰਦੀ ਹਾਂ। ਗੱਡੀਆਂ, ਵਹੀਕਲਸ, ਇੱਕ ਇੱਕ ਚੀਜ਼ ਤੇਰੇ ਲਹੂ 'ਚ ਛਿਪਾਉਣੀ, ਤੇਰੇ ਅਨੁਗ੍ਰਹਿ, ਤੇਰੀ ਦਇਆ ਨੂੰ ਇਹਨਾਂ ਦੇ ਜੀਵਨ ਦੇ ਉੱਤੇ ਮੰਗਦੀ, ਇਹਨਾਂ ਦੇ ਬੱਚਿਆਂ 'ਤੇ ਮੰਗਦੀ, ਇਹਨਾਂ ਦੀਆਂ, ਇਹਨਾਂ ਦੇ ਲਾਈਫ ਪਾਰਟਨਰਸ ਦੇ ਉੱਤੇ ਮੰਗਦੀ, ਇਹਨਾਂ ਦੇ ਫਾਈਨੈਂਸ, ਇਹਨਾਂ ਦੀਆਂ ਜੋਬਸ ਦੇ ਉੱਤੇ ਮੰਗਦੀ ਪਰਮੇਸ਼ੁਰ। ਤੇਰਾ ਆਤਮਾ ਪਰਮੇਸ਼ੁਰ ਇਹਨਾਂ ਨੂੰ ਛੂ ਚੁੱਕਿਆ, ਆਜ਼ਾਦ ਕਰ ਚੁੱਕਿਆ, ਇਹਨਾਂ ਨੂੰ ਬਲੈਸ ਕਰ ਚੁੱਕਿਆ ਪਿਤਾ। ਮੇਰਾ ਫੇਥ ਆ ਇਹ ਵੱਡੀ ਗਵਾਹੀ ਨਾਲ ਵਾਪਸ ਆ ਰਿਹਾ ਲੋਰਡ, ਇਹ ਆਜ਼ਾਦ ਆ, ਹੀਲਡ ਆ ਪਰਮੇਸ਼ੁਰ, ਇਹ ਦਲੇਰ ਹੋ ਚੁੱਕੇ ਤੇਰੇ ਕੰਮਾਂ ਨੂੰ ਕਰਨ ਦੇ ਲਈ, ਬਹੁਤੀਆਂ ਰੂਹਾਂ ਨੂੰ ਤੇਰੇ ਘਰ ਦੇ ਵਿੱਚ ਲੈ ਕੇ ਆਉਣ ਦੇ ਲਈ ਪਿਤਾ, ਤੇਰੇ ਕੰਮਾਂ ਦੇ ਦੁਆਰਾ ਪਰਮੇਸ਼ੁਰ ਤੇਰੇ ਅਚਰਜ ਕੰਮਾਂ ਨੂੰ ਦੱਸਣ ਦੇ ਲਈ ਤਿਆਰ ਆ ਪਿਤਾ। ਇਹਨਾਂ 'ਤੇ ਦਇਆ ਕੀਤੀ, ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ। ਕਹਿੰਦੇ ਹਾਂ ਕਿ ਪਰਮੇਸ਼ੁਰ ਤੇਰੀ ਅੱਜ ਦੀ ਸੁਬਾਹ ਦੇ ਲਈ, ਅੱਜ ਦੀ ਤੇਰੀ ਬਿਊਟੀਫੁੱਲ ਪ੍ਰੈਜੈਂਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਸੋ ਜੁੜੇ ਰਹੋ ਅੱਜ ਇਹਨਾਂ ਸਾਰੀਆਂ ਪ੍ਰਾਰਥਨਾਵਾਂ ਦੇ ਨਾਲ, ਇਸੇ ਤਰ੍ਹਾਂ ਹਰ ਰੋਜ਼ ਪਰਮੇਸ਼ੁਰ ਦੀ ਪ੍ਰੈਜੈਂਸ ਦੇ ਵਿੱਚ ਆਉਣਾ, ਧੰਨਵਾਦ ਦੇ ਨਾਲ, ਸ਼ੁਕਰਗੁਜ਼ਾਰੀ ਦੇ ਨਾਲ ਆਪਣੇ ਦਿਨਾਂ ਨੂੰ ਸ਼ੁਰੂ ਕਰਨਾ, ਔਰ ਪਰਮੇਸ਼ੁਰ ਦੀ ਪ੍ਰੈਜੈਂਸ ਦੇ ਨਾਲ ਭਰ ਕੇ ਜਿੱਥੇ ਵੀ ਜਾਣਾ ਉਹਦੀ ਪ੍ਰੈਜੈਂਸ ਦੇ ਨਾਲ ਭਰ ਕੇ ਜਾਣਾ, ਔਰ ਹੈਵਨਲੀ ਫਾਦਰ ਤੁਹਾਨੂੰ ਕਦੀ ਨਹੀਂ ਛੱਡੇਗਾ।
ਉਹ ਸਵਰਗੀ ਪਿਤਾ ਹਮੇਸ਼ਾ ਤੁਹਾਡੇ ਸੰਗ ਰਹਿੰਦਾ, ਉਹ ਤੁਹਾਨੂੰ ਬਰਕਤ ਦਿੰਦਾ। ਬਣੀ ਰਹਿਣਾ ਉਹਦੀ ਪ੍ਰੈਜੈਂਸ ਦੇ ਵਿੱਚ, ਉਹਦੇ ਘਰ ਦੇ ਵਿੱਚ ਅੜੇ 'ਤੇ ਖੜ੍ਹੇ ਰਹਿਣਾ ਉਹਦੇ ਨਾਲ, ਉਹਦੀ ਪ੍ਰੈਜੈਂਸ ਦੇ ਵਿੱਚ। ਪਰਮੇਸ਼ੁਰ ਤੁਹਾਨੂੰ ਬਹੁਤ ਸਾਰੀ ਬਰਕਤ ਦੇਣ ਜਾ ਰਿਹਾ ਔਰ ਤੁਹਾਡੀਆਂ ਜ਼ਿੰਦਗੀਆਂ ਇਸ ਮੰਥ ਵਿੱਚ ਪਰਮੇਸ਼ੁਰ ਸੇਵ ਨਹੀਂ ਛੱਡਣ ਜਾ ਰਿਹਾ। ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਅਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ, ਆਮੀਨ।